यार इमरान भाई नु क्या चले ते किराए ने जाना फोन कर दे हां आई नंबर है इधर हेलो इमरान भाई जल्दी आ जाओ यार थोड़े वेट हो रहा है बड़ी लेट कर से जल्दी आ जाओ उनके जल्दी आना टाइम बहुत हो गया हां ठीक है आ जाओ लो जी वो आ गए इमरान भाई साहब जनाब वो आ गए ओ जनाब अस्सलाम वालेकुम आ जाओ जनाब आ जाओ आ जाओ ਇਹ ਤਬਸਰੇ ਹੋ ਰਹੇ ਜਨਾਬ ਅੱਜ ਕੱਲ ਦੇ ਹਾਲਾਤ ਕੀ ਜਾ ਰਹੇ ਨੇ ਕਿ ਮੁਲਕ ਦੇ ਹਾਲਾਤ ਕਿਸ ਤਰ੍ਹਾਂ ਦੇ ਜਾ ਰਹੇ ਨੇ ਤੇ ਤੁਸੀਂ ਇੱਥੇ ਬਹਿ ਕੇ ਕੀ ਕਰ ਰਹੇ ਹੋ ਤੁਸੀਂ ਕਰਦਾ ਤੇ ਨਾਲ ਕੇ ਪਾਕਿਸਤਾਨ ਦਾ ਹੈ ਇਹ ਕੋ ਸੋਚਿਆ ਸੀ ਸੁਣਿਆ ਸੀ 에어ਪੋਰਟ ਤੇ ਧਮਾਕਾ ਹੋ ਗਿਆ ਬੜਾ ਵੱਡਾ ਯਾਰ ਓਏ ਹੋਏ ਉਸ ਦੇ ਬਾਰੇ ਤੇਰੇ ਕੋ ਪੁੱਛਣਾ ਵਾਲੀ ਗੱਲ ਸੀ ਓ ਅੱਛਾ 에어ਪੋਰਟ ਵਾਲੀ ਗੱਲ ਵਾਕਈ ਧਮਾਕਾ ਹੋਇਆ ਸੀ ਬਹੁਤ ਵੱਡਾ ਧਮਾਕਾ ਹੋਇਆ ਸੀ ਉਹ ਮੈਂ ਸੁਣਿਆ ਸੀ ਤੂੰ ਉੱਥੇ ਹੀ ਸੀ ਮੈਂ ਯਾਰ ਬਿਲਕੁਲ ਨਜ਼ਦੀਕ ਸੀ ਧਮਾਕੇ ਤੇ ਮੈਂ ਸ਼ਦੀਦ ਜ਼ਖਮੀ ਹੋਇਆ ਮੈਂ ਤੇ ਹਸਪਤਾਲ ਮੁੰਤਕਲ ਕੀਤਾ ਨੇ ਜਨਾਬ ਓਏ ਹੋਏ ਹੋਏ ਫੇਰ ਤਾਂ ਬੜੀ ਮਾੜੀ ਹੋ ਗਈ ਯਾਰ ਤੁਹਾਨੂੰ ਦੱਸਿਆ ਯਾਰ ਬਹੁਤ ਯਾਰ ਤੇ ਵਾਸਤੇ ਤੁਸੀਂ ਆ ਜਾਂਦੇ ਆ ਯਾਰ ਬਸ ਉਹ ਤੈਨੂੰ ਮੈਂ ਕੀ ਕਹਾਣੀ ਸੁਣਾਵਾਂ ਉਹ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਫਿਰ ਸ਼ੁਰੂ ਤੂੰ ਹੀ ਕਰ ਲਾ ਹਾਂ ਅੱਛਾ ਅੱਛਾ ਸ਼ੁਰੂ ਤੋਂ ਕਰ ਲਈਏ ਉੱਥੋਂ ਹੀ ਸ਼ੁਰੂ ਕਰ ਲੈਂਦਾ ਜਨਾਬ ਅੱਛਾ ਉਹ ਮੈਂ ਨਾ 에어ਪੋਰਟ ਤੇ ਚਲਾ ਗਿਆ ਨਾਲ ਮੇਰੇ ਨਾਲ ਦੋ ਦੋਸਤ ਸੀ ਠੀਕ ਹੈ ਅਸੀਂ ਚਲੇ ਗਏ ਜਨਾਬ ਭਾਈ ਨੂੰ ਲੈਣ ਜਾਣਾ ਸੀ 에어ਪੋਰਟ ਤੋਂ ਮੈਂ ਵੀ ਨਾਲ ਚਲਾ ਗਿਆ ਮੈਨੂੰ ਕਹਿੰਦੇ ਚੱਲ ਆਓ ਯਾਰ ਪਹਿਲੇ ਤਾਂ ਮੈਂ ਕਿਹਾ ਡਰਾਈਵਰ ਹੀ ਚੱਲ ਜਾਏਗਾ ਫਿਰ ਕਹਿੰਦੇ ਨਹੀਂ ਕਰਦੇ ਕਹਿੰਦੇ ਤੂੰ ਹੀ ਜਾ ਮੈਂ ਕਿਹਾ ਚਲੋ ਅਸੀਂ ਚਲੇ ਗਏ ਜਨਾਬ 에어ਪੋਰਟ ਤੇ ਪਹੁੰਚੇ ਆ ਉੱਥੇ ਅੱਛਾ ਕੁਝ ਦੇਰ ਦੇਖਿਆ ਦੁਖਿਆ 에어ਪੋਰਟ ਦੇ ਹਾਲਾਤ ਲੋ ਦੇਖੇ ਤੁਰਿਆ ਫਿਰਿਆ ਰਸ਼ ਕਾਫੀ ਜ਼ਿਆਦਾ ਸੀ ਤੁਹਾਨੂੰ ਪਤਾ ਫਲਾਈਟ ਆਈ ਹੋਵੇ ਕਿੰਨਾ ਰਸ਼ ਹੁੰਦਾ ਫਿਰ ਜ਼ਾਹਰੀ ਗੱਲ ਵੈਰੀ ਗੱਲ ਆ ਸੌਦੀਆ ਤੋਂ ਆਈ ਹੁੰਦੀ ਦੁਬਈ ਤੋਂ ਆਈ ਹੁੰਦੀ ਆ ਮੈਂ ਨਾ ਇਦਾਂ ਨਾ ਮੇਰੇ ਕਾਲ ਆ ਗਈ ਨਾ ਅੱਛਾ ਰਾਤ 12:30 ਦਾ ਟਾਈਮ ਸੀ ਮੇਰਾ ਦੋਸਤ ਸੀ ਉਹਨੇ ਫੋਨ ਕੀਤਾ ਮੈਨੂੰ ਉਹਨੂੰ ਕੋਈ ਗੱਲ ਚੇਤੇ ਆਈ ਤਾਂ ਉਹਨਾਂ ਮੈਨੂੰ ਕਿਹਾ ਕਿ ਯਾਰ ਨਾ ਉਹ ਇਦਾਂ ਗੱਲ ਉਹ ਇੱਥੋਂ ਕਿੱਥੇ ਗਿਆ ਸੀ ਫਿਰ ਉਹ ਬੰਦਾ ਕਿੱਧਰ ਗਿਆ ਉੱਥੋਂ ਮੈਂ ਉੱਠਿਆ ਮੈਂ ਕਾਲ ਸੁਣਦਾ ਸੁਣਦਾ ਨਾ ਮੈਂ ਤੁਰ ਪਿਆ ਗਾਂ ਨੂੰ ਅੱਛਾ ਮਾੜਾ ਜਿਹਾ ਅੱਗੇ ਗਿਆ ਤੇ ਨਾ ਮਾਸ਼ਾਅੱਲਾ ਸਾਡਾ ਫੈਸਲਾਬਾਦ ਦਾ 에어ਪੋਰਟ ਨਾ ਹੀ ਗੱਲ ਛੇ ਓਏ ਹੋਏ ਹੋਏ ਮਾਸ਼ਾਅੱਲਾ ਬਹੁਤ ਵੱਡਾ ਵਾ ਉਹ ਤੇ ਫਿਰ ਮਾਸ਼ਾਅੱਲਾ ਹਾਂ ਕਈ ਵਾਰੀ ਰਕਸ਼ਾ ਕਰਾ ਕੇ ਜਾਣਾ ਪੈਂਦਾ ਉਹ ਵਿੱਚ ਤੁਰਨ ਫਿਰਨ ਲਈ ਉਹ ਅਸੀਂ ਜਨਾਬ ਨਾਲ ਉੱਥੋਂ ਤੁਰੇ ਆ ਤੇ ਨਾਲ ਹੀ ਜਨਾਬ ਨਾ ਗਮਲਾ ਸੀ ਉਹ ਏਡੇ ਏਡੇ ਗਮਲੇ ਨਾਲ ਪੌਦੇ ਲਾਏ ਸੀ ਤਾਂ ਏਡੇ ਏਡੇ ਇੰਨਾ ਉਹਨਾਂ ਦਾ ਕੱਦ ਸੀ ਠੀਕ ਹੈ ਮੈਂ ਨਾ ਕਾਲ ਸੁਣਦਾ ਸੁਣਦਾ ਗਮਲੇ ਦੇ ਲਾਗੇ ਆ ਕੇ ਬੈਠ ਗਿਆ ਅੱਛਾ ਸੁਫਿਆਨ ਭਾਈ ਗਮਲਾ ਲਾ ਲਓ ਠੀਕ ਹੈ ਇੱਕ ਗਮਲਾ ਇੱਧਰ ਵਾ ਇੱਕ ਇੱਧਰ ਵਾ ਸੈਂਟਰ ਚ ਮੈਂ ਆਵਾਂ ਗਮਲੇ ਦੇ ਅੱਛਾ ਸੈਂਟਰ ਚ ਮੈਂ ਸੈਂਟਰ ਚ ਆ ਗਿਆ ਉਹ ਕੀ ਹੋਇਆ ਇੱਧਰੋਂ ਦੀ ਕਰਕੇ ਨਾ ਇੱਕ ਬੀਬੀ ਸੀ ਉਹ ਵਿਚਾਰੀ ਨਾ ਪਤਾ ਨੀ ਸੀ ਗੈਸ ਗੂਸ ਨੂੰ ਕੋਈ ਮਸਲਾ ਸੀ ਥੋੜਾ ਜਿਹਾ ਗੈਸ ਦਾ ਕਬਜ਼ ਕੁਬਜ਼ ਦਾ ਠੀਕ ਹੈ ਉਹਨਾਂ ਪਰਚੀ ਵੀ ਚੱਕੀ ਸੀ ਹੱਥ ਵਿੱਚ ਮੈਂ ਕਿਹਾ ਅੱਛਾ ਪਰਚੀ ਕੀ ਗੈਸ ਦੀ ਆਈ ਸੀ ਉਹਦੀ ਕੋਈ ਹੈ ਸੀ ਤਾਂ ਪਤਾ ਨਹੀਂ ਬਿੱਲ ਸੀ ਗੈਸ ਵਾਲਾ ਉਹ ਮੈਂ ਨਾ ਇਧਰੋਂ ਦੀ ਕਰਕੇ ਨਿਕਲਿਆ ਤੇ ਮੈਂ ਬਹਿ ਗਿਆ ਨਾ ਜਨਾਬ ਉੱਥੋਂ ਵੀ ਆਈ ਐਂ ਦੀ ਕਰਕੇ ਨਾ ਇੱਥੋਂ ਕਰਕੇ ਆਈ ਇੱਥੇ ਖੜੀ ਹੋ ਗਈ ਆ ਗਮਲੇ ਦੇ ਲਾਗੇ ਮੈਂ ਆ ਅੱਛਾ ਉਹਨਾਂ ਮੈਨੂੰ ਨਹੀਂ ਦੇਖਿਆ ਕਿ ਇੱਥੇ ਇੱਕ ਬੰਦਾ ਫੋਨ ਸੁਣਨ ਦਿਆ ਅੱਛਾ ਠੀਕ ਹੈ ਮੈਂ ਮੱਠਾ ਮੱਠਾ ਲੱਗਾ ਸਰੂਪ ਫੋਨ 'ਚ ਮਸਰੂਫ ਜਨਾਬ ਇੱਕ ਪਤਾ ਤਾਂ ਲੱਗਾ ਜਨਾਬ ਇੱਕੋ ਦਮ ਧਮਾਕਾ ਫਿਰ ਇੰਜ ਦਾ ਕੀਤਾ ਨਾ ਉਹਨੇ ਓਏ ਹੋਏ ਹੋਏ ਇੰਜ ਦਾ ਧਮਾਕਾ ਕੀਤਾ ਕਿ ਮੈਂ ਕਿਹਾ ਗੱਡੀ ਦਾ ਟਾਇਰ ਫਟ ਗਿਆ ਮੇਰਾ ਮੈਂ ਇੱਧਰ ਉੱਧਰ ਦੇਖਾਂ ਮੈਂ ਗੱਡੀਆਂ ਯਾਰ ਬਿਲਕੁਲ ਠੀਕ ਵਾ ਕੋਈ ਗੱਡੀ ਦਾ ਟਾਇਰ ਨਹੀਂ ਫਟਿਆ ਦੋ ਤਿੰਨ ਬੰਦੇ ਵੀ ਇੱਧਰ ਨੂੰ ਨੱਠੇ ਜਾਣ ਕੋਈ ਇੱਧਰ ਨੂੰ ਨੱਠਾ ਜਾਵੇ ਮੈਂ ਕਿਹਾ ਧਮਾਕਾ ਲੱਗਦਾ ਬਹੁਤ ਹੀ ਵੱਡਾ ਹੋ ਗਿਆ ਫਿਰ ਮੈਂ ਬਹਿ ਗਿਆ ਮੈਂ ਕਿਹਾ ਚਲੋ ਯਾਰ ਕਨਫਿਊਜ਼ ਹੋ ਗਿਆ ਸੀ ਉੱਥੇ ਤਾਂ ਕਨਫਿਊਜ਼ ਹੈ ਗੱਲ ਉੱਥੋਂ ਮੈਂ ਜਨਾਬ ਨਾਲ ਉੱਠਣ ਲੱਗਿਆ ਨਾ ਜਦੋਂ ਦੂਏ ਧਮਾਕੇ ਦਾ ਸੀ ਨਾ ਤੇ ਉਹ ਫਿਰ ਗਨ ਦਾ ਮੂੰਹ ਆ ਗਿਆ ਮੇਰੇ ਵੱਲ ਨੂੰ ਠੀਕ ਹੈ ਅੱਛਾ ਉਹ ਤੋਪ ਸਾਰੀ ਜਿਹੜੀ ਹੋਈ ਸੀ ਮਾਸ਼ਾਅੱਲਾ ਸਿਹਤ ਵੀ ਚੰਗੀ ਸੀ ਜਨਾਬ ਅੱਛਾ ਅੱਛਾ ਚੰਗੀ ਮੋਟੀ ਤਾਜ਼ੀ ਮਤਲਬ ਖਾਂਦੇ ਪੀਂਦੇ ਘਰ ਦੇ ਤੰਦਰੁਸਤ ਸੀ ਘਰ ਦੇ ਜਨਾਬ ਮੈਂ ਕਹਿੰਦਾ ਗੱਡੀ 'ਚ ਆਈ ਕਿੱਦਾਂ ਸੀ ਪਤਾ ਨਹੀਂ ਮੈਂ ਇਦਾਂ ਕਰਕੇ ਉੱਠਿਆ ਨਾ ਦੇਖਿਆ ਤੇ ਇੱਥੇ ਗਨ ਦਾ ਮੂੰਹ ਮੇਰੇ ਵੱਲ ਅੱਛਾ ਜੀ ਉਹਨਾਂ ਜਨਾਬ ਇਹਨੂੰ ਕੰਡ ਕਰਕੇ ਨਾ ਇੱਕ ਦੋ ਦਿੱਤੇ ਨਾ ਬੜਲ ਬੜਲ ਕਰਕੇ ਜਦੋਂ ਮੈਂ ਐ ਨਹੀਂ ਹੋਇਆ ਉਹਨਾਂ ਮੈਨੂੰ ਦੇਖਿਆ ਉਹ ਵੀ ਨਿਕਲ ਗਏ ਜਨਾਬ ਮੈਂ ਕਿਹਾ ਸਖਮੀ ਮੈਂ ਹੋਣ ਦਿਆ ਤੁਹਾਨੂੰ ਕੀ ਹੋਇਆ ਉਹ ਜਨਾਬ ਤੁਰੀ ਤੁਰੀ ਗਾਂਹ ਨੂੰ ਚਲੇ ਗਈ ਮੈਂ ਉਹਦੇ ਪਿੱਛੇ ਉਹ ਮੈਨੂੰ ਦੇਖ ਕੇ ਅੱਗੇ ਅੱਗੇ ਮਤਲਬ ਉਹ ਸ਼ਰਮਿੰਦਾ ਹੋ ਗਿਆ ਜੱਜ ਹੋ ਗਿਆ ਸੀ ਜ਼ਹਿਰੀ ਬਾਤ ਆ ਯਾਰ ਇੰਨਾ ਕੁਛ ਹੋਣ ਦੇ ਬਾਵਜੂਦ ਇੱਕ ਦੋ ਮੈਂ ਕਹਿੰਦਾ ਮੇਰੇ ਲਾਗਿਓ ਵੀ ਲੰਘਿਆ ਇਦਾਂ ਕਰਕੇ ਉਹਨਾਂ ਕਹਿੰਦਾ ਡਸ ਉਹ ਮੇਰੇ ਨਾਲੋਂ ਇਦਾਂ ਉਹ ਕੰਮ ਦੇ ਵਿੱਚ ਖਤਰਨਾਕ ਸੀਨ ਹੋ ਗਿਆ ਮੈਂ ਪੌਦੇ ਹਿੱਲ ਗਿਆ ਸੀ ਯਾਰ ਗਮਲੇ ਨੂੰ ਦੋ ਤਿੰਨ ਲੈਣਾ ਪੈ ਗਿਆ ਤਰੇੜਾਂ ਪੈ ਗਈਆਂ ਜਨਾਬ ਜਲਦੀ ਧਮਾਕਾ ਜਨਾਬ ਤਕਰੀਬਨ 500 ਕਿਲੋ ਗ੍ਰਾਮ ਦਾ ਜਿਹੜਾ ਨਾ ਸ਼ਦੀਦ ਹਮਲਾ ਹੋਇਆ ਯੂਰੇਨੀਅਮ ਇਸਤੇਮਾਲ ਕੀਤਾ ਗਿਆ ਮੇਰੇ ਤੇ ਵੱਡਾ ਹਮਲਾ ਹੋਇਆ ਮੈਨੂੰ ਤਾਂ ਜਨਾਬ ਰੱਬ ਨਾ ਰੱਖਿਆ ਉੱਥੋਂ ਮੈਂ ਕੀਤਾ ਦੋਸਤ ਨੂੰ ਕਾਲ ਮੈਂ ਕੀਤੀ ਮੈਂ ਕਿਹਾ ਭਾਈ ਮੇਰੇ ਲੱਗਾ ਹੀ ਵੱਖੀ ਦੇ ਵਿੱਚ ਇੱਕ ਆ ਕੇ ਦੇਖ ਲੈ ਮੇਰੇ ਪੱਟੀਆਂ ਵੀ ਕਰਨ ਵਾਲੀਆਂ ਹੋਈਆਂ ਨੀ ਤੇ ਆ ਕੇ ਦੇਖ ਉਹ ਆਇਆ ਉਹ ਕਹਿੰਦਾ ਭਾਈ ਤੇਰੇ ਕੱਪੜੇ ਵੀ ਫਟ ਗਏ ਆ ਕੀ ਹੋਇਆ ਕੀ ਇਤਨੀ ਖਤਰਨਾਕ ਸੀਨ ਹੋ ਗਿਆ ਸੀ ਮੈਂ ਕਹਿੰਦਾ ਬਹੁਤ ਵੱਡਾ ਯਾਰ ਕਬਜ਼ ਹੋਈ ਹੋਵੇ ਨਾ ਬੰਦੇ ਨੂੰ
ਤੇ ਬੰਦਾ ਕੋਈ ਆਲਾ ਦੁਆਲਾ ਦੇਖ ਕੇ ਕੰਮ ਕਰੇ। ਆਹੋ ਬਿਲਕੁਲ। ਹੁਣ ਉਹਨਾਂ ਦੀ ਗਲਤੀ ਮੈਂ ਨਹੀਂ ਕਹਿ ਸਕਦਾ, ਔਰਤ ਸੀ ਵਿਚਾਰੀ ਹੈ ਕਿੱਥੋਂ ਆਈ ਪੇਟ ਨੂੰ ਲੈ, ਉਹ ਉੱਥੋਂ ਘੁੰਮਦੀ ਇੱਧਰ ਨੂੰ ਘੁੰਮਦੀ ਇੱਧਰ ਨੂੰ, ਲੱਗ ਗਿਆ ਇੱਥੇ ਗਮਲੇ ਦੇ ਲਾਗੇ ਕੋਈ ਬੰਦਾ ਵੀ ਨਹੀਂ, ਇਹ ਨਹੀਂ ਪਤਾ ਤੇ ਗਮਲੇ ਦੇ ਲਾਗੇ ਤੇ ਇੱਕ ਬੰਦਾ ਖਤਰਨਾਕ ਬੈਠਾ। ਉਹ ਯਕੀਨ ਕਰ ਮੈਂ ਤੈਨੂੰ ਦੱਸਾਂ ਸੁਭਾਨ ਸਾਹਿਬ ਕੀ, ਕਿ ਮੈਂ ਤੇ ਹਿੱਲ ਗਿਆ ਕਦਮਾਂ ਤੋਂ ਭਾਈ, ਕੱਪੜੇ ਮੇਰੇ ਇੱਥੋਂ ਕਰਕੇ ਫਟ ਗਏ ਜਨਾਬ, ਇੰਨਾ ਜ਼ੋਰ ਦਾ ਧਮਾਕਾ। ਉੱਥੋਂ ਜਨਾਬ ਮੈਂ ਦੋਸਤ ਨੂੰ ਕਾਲ ਕੀਤੀ, ਮੈਂ ਕਿਹਾ ਭਾਈ ਮੈਨੂੰ ਪਾ 112 ਵਾਲਿਆਂ ਨੂੰ ਕਾਲ ਕਰ ਜਾਂ ਕੋਈ ਹੋਰ ਗੱਡੀ ਮੰਗਾ, ਮੈਨੂੰ ਹਸਪਤਾਲ ਲੈ ਕੇ ਜਾ ਭਾਈ, ਮੈਨੂੰ ਦੋ ਗੋਲੀਆਂ ਲਵਾ, ਦੋ ਗੋਲੀਆਂ ਦੇ ਟੀਕੇ ਲਵਾ ਜਨਾਬ, ਜਿਹੜੇ ਹੈ ਨਾ ਇਹ ਸਿਹਤ ਲਈ ਅੱਛੇ ਹੁੰਦੇ ਆ। ਉਹ ਗੈਸ ਦਾ ਪਤਾ ਲੱਗਾ ਕਿ ਗੈਸ ਜਿਹੜੀ ਸੀ ਨਾ ਉਹ ਮਿਥੇਨ ਗੈਸ ਸੀ। ਓਏ ਹੋਏ, ਉਸ ਗੈਸ ਤੋਂ ਮੈਨੂੰ ਪਤਾ ਚੱਲਿਆ ਕਿ ਉਹ ਮਿਥੇਨ ਗੈਸ ਸੀ। ਉਹ ਗੱਡੀਆਂ ਦੇ ਟਾਇਰ ਸ਼ੀਸ਼ੇ ਕਰੈਕ ਹੋਣਾ, ਠੀਕ ਹੈ ਉਹ ਇਦਾਂ ਦੀ ਗੱਲ, ਉਹ ਡਾਕਟਰ ਨੇ ਮੈਨੂੰ ਦੱਸਿਆ ਕਿ ਉਹ ਮਿਥੇਨ ਗੈਸ ਸੀ ਭਾਈ। ਓਏ ਹੋਏ ਹੋਏ, ਦੁਆ ਮੰਗੋ ਜਿਹੜਾ ਤੁਸੀਂ ਬਚ ਗਏ। ਚੱਲ ਪਾੜ ਗਾ। ਕਿੰਨੇ ਮਿੰਟ ਦੀ ਹੋਈ ਆ?